ਮੇਰੇ ਅਤ ਸਤਿਕਾਰਯੋਗ ਵੀਰ ਛੋਟੇ ਵੀਰ ਸਰਦਾਰ ਮਨਮੋਹਨ ਸਿੰਘ ਪੋਪਲੀ, ਜਿਨ੍ਹਾਂ ਦਾ ਇੱਕ ਬਹੁਤ ਵੱਡਾ ਯੋਗਦਾਨ ਹੈ। ਤੁਸੀਂ ਵੇਖਿਆ ਹੋਵੇਗਾ ਯੂਟਿਊਬ 'ਤੇ ਭਾਈ ਸਾਹਿਬ ਜੀ ਨੇ ਇੰਨੀ ਮਿਹਨਤ ਕਰਕੇ ਤੁਹਾਡੇ ਲਖਨਊ ਦੇ ਜਾਂ ਆਸ ਪਾਸ ਦੇ ਸ਼ਹਿਰਾਂ ਦੇ ਜਿੰਨੇ ਵੀ ਲਾਈਵ ਪ੍ਰੋਗਰਾਮ ਹੁੰਦੇ ਨੇ ਕੀਰਤਨ ਦਰਬਾਰਾਂ ਦੇ, ਉਹਨਾਂ ਸਾਰਿਆਂ ਪ੍ਰੋਗਰਾਮਾਂ ਨੂੰ ਰਿਕਾਰਡਿੰਗ ਕਰਕੇ ਆਪ ਯੂਟਿਊਬ 'ਤੇ ਅਪਲੋਡ ਕਰਦੇ ਨੇ। ਇਹ ਉਹਨਾਂ ਦੀ ਅਣਥੱਕ ਸੇਵਾ ਹੈ ਔਰ ਇਸ ਸੇਵਾ ਦੇ ਵਿੱਚ ਉਹਨਾਂ ਦਾ ਆਪਣਾ ਕੋਈ ਲਾਲਚ ਨਹੀਂ, ਕੋਈ ਸਵਾਰਥ ਨਹੀਂ। ਮਾਲਕ ਕਿਰਪਾ ਕਰੇ ਇਹਨਾਂ ਨੂੰ ਹੋਰ ਵਧੇਰੇ ਸੇਵਾ ਕਰਨ ਦਾ ਬਲ, ਉਦਮ, ਤਾਕਤ ਬਖਸ਼ਿਸ਼ ਕਰਨ। ਸਤਿਗੁਰਾਂ ਦੀ ਹਜ਼ੂਰੀ ਵਿੱਚ ਬਿਰਾਜਮਾਨ ਸਾਧ ਸਿੰਘ ਜੀ, ਪਿਆਰ ਨਾਲ ਫਤਿਹ ਗਜਾਓ, ਵਾਹਿਗੁਰੂ ਜੀ ਕਾ ਖਾਲਸਾ। ਮੇਰੇ ਤੋਂ ਪਹਿਲਾਂ ਛੋਟੇ ਭਾਈ ਸਾਹਿਬ ਜੀ ਨੇ ਇੱਕ ਗੱਲ ਕਹੀ ਕਿ ਬੱਚਾ 9 ਮਹੀਨੇ ਗਰਭ ਵਿੱਚ ਰੱਖਿਆ ਜਾਂਦਾ ਅਤੇ ਉਸ ਤਕਲੀਫ ਨੂੰ, ਜਣੇਪੇ ਦੇ ਦਰਦ ਨੂੰ ਮਾਂ ਜਾਣਦੀ ਹੈ। ਅਤੇ ਉਹ ਜਿਹੜੀਆਂ ਲੱਤਾਂ ਵੱਜਦੀਆਂ ਨਾ, ਉਹ ਮੇਰੇ ਵੱਜੀਆਂ। ਅਤੇ ਜਿਹੜੀ ਬੱਚੇ ਦੀ ਪਹਿਲੀ ਕਿਲਕਾਰੀ ਘਰ ਦੇ ਵਿੱਚ ਗੂੰਜਦੀ ਹੈ, ਉਹ ਵੀ ਮੈਨੂੰ ਸੁਣਨ ਨਸੀਬ ਹੋਈ ਹੈ। ਤੁਸੀਂ ਸਾਰੇ ਸੰਗੀਤਕਾਰ ਬੈਠੇ ਹੋ ਅਤੇ ਤੁਹਾਡੀ ਸੰਗੀਤ ਦੀ ਬੋਲੀ ਹੈ, ਤੁਸੀਂ ਸਮਝ ਗਏ ਹੋਗੇ ਕਿ ਉਸ ਗੁਰਮਤ ਕੀਰਤਨ ਦੀ ਪਹਿਲੀ ਆਵਾਜ਼ ਮੇਰੇ ਕੰਨਾਂ ਵਿੱਚ ਗੂੰਜੀ। ਜਿਨ੍ਹਾਂ ਬੱਚਿਆਂ ਨੂੰ ਸੁਰ ਦਾ ਗਿਆਨ ਨਹੀਂ ਹੁੰਦਾ ਉਹ ਤਬਲੇ 'ਤੇ ਆ ਜਾਂਦੇ ਨੇ, ਜਿਨ੍ਹਾਂ ਨੂੰ ਲੈ ਵੀ ਨਹੀਂ ਆਉਂਦੀ ਉਹ ਫਿਰ ਮੇਰੀ ਸ਼੍ਰੇਣੀ ਵਿੱਚ ਆ ਜਾਂਦੇ ਨੇ। ਅਤੇ ਮਾਂ ਵਾਸਤੇ ਸਭ ਤੋਂ ਵੱਡੀ ਖੁਸ਼ੀ ਬੱਚੇ ਦੇ ਵਿਆਹ ਵਿੱਚ ਹੁੰਦੀ ਹੈ। ਉਸਨੂੰ ਪੁੱਛਿਆ ਜਾਏ ਤਾਂ ਵਿਚਾਰਾਂ ਤਾਂ ਬਹੁਤ ਹੁੰਦੀਆਂ ਉਸਦੇ ਕੋਲ, ਪਰ ਖੁਸ਼ੀ ਦੇ ਵਿੱਚ ਸਭ ਕੁਝ ਖਤਮ ਹੋ ਜਾਂਦਾ ਹੈ। ਅਤੇ ਮੈਂ ਵੀ ਇਹ ਸੋਚ ਕੇ ਆਇਆ ਸਾਂ ਕਿ ਕੁਛ ਵਿਚਾਰ ਰੱਖਾਂਗਾ, ਪਰ ਬੇਵਕਤ ਦੀ ਗੱਲ ਮਾਇਨੇ ਨਹੀਂ ਰੱਖਦੀ। ਵਕਤ ਗੁਜ਼ਰ ਗਿਆ, ਬਾਅਦ ਵਿੱਚ ਕੋਈ ਸੱਤ ਦੀ ਵਿਚਾਰ ਵੀ ਰੱਖੀ ਜਾਏ ਨਾ ਤਾਂ ਉਸਦੇ ਮੀਨਿੰਗ ਹਲਕੇ ਹੋ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਅਤੇ ਮੈਂ ਸਿਰਫ ਇਹ ਕੁਛ ਵੇਖ ਕੇ ਗਦਗਦ ਹੋਏ ਪਿਆ ਅਤੇ ਬਹੁਤ ਮੈਨੂੰ ਖੁਸ਼ੀ ਹੈ, ਮਾਣ ਹੈ ਕਿ ਤੁਸੀਂ ਇਸ ਬੱਚੇ ਨੂੰ ਆਸ਼ੀਰਵਾਦ ਦਿੱਤਾ। ਅਤੇ ਸਤਿਗੁਰਾਂ ਤੋਂ ਬੇਨਤੀ ਕਰਦਾ ਕਿ ਜਿਹੜੀ ਕੈਸਿਟ ਤੁਸੀਂ ਅੱਜ ਰਿਲੀਜ਼ ਹੋਈ ਹੈ, ਇਹ ਕੀਰਤਨ ਦਾ ਮਾਧਿਅਮ ਬਣੇ। ਸਤਿਗੁਰੂ ਜੀ ਮਿਹਰਾਮਤ ਕਰਨ, ਬੱਚੇ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣ ਅਤੇ ਨਾਲ ਤੁਹਾਡਾ ਸਾਰਿਆਂ ਦਾ ਆਸ਼ੀਰਵਾਦ। ਲਾਸਟ ਵਿੱਚ ਇੱਕ ਬੇਨਤੀ ਕਰਦਾ ਕਿ ਜਿਹੜੀ ਸੰਸਥਾ ਵਿੱਚ ਇਹ ਬੱਚਾ ਪੜ੍ਹਿਆ, ਦਸਮੇਸ ਗੁਰਮਤਿ ਵਿਦਿਆਲਾ ਗੁਰਦੁਆਰਾ ਬਾਲਾ ਸਾਹਿਬ, ਬੱਚਿਆਂ ਦੀ ਕਾਫੀ ਮੰਗ ਤੋਂ ਪਹਿਲਾਂ ਇਹ ਚੱਲਦਾ ਆਇਆ ਕਿ ਵੀ ਬੱਚੇ ਪੜ੍ਹ ਕੇ ਚੱਲ ਜਾਂਦੇ ਨੇ ਔਰ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਕੀਰਤਨ ਕਰਦੇ ਨੇ। ਉਹ ਸਾਰੇ ਇੱਕ ਸਟੇਜ 'ਤੇ ਇਕੱਠੇ ਹੋ ਕੇ ਕੀਰਤਨ ਕਰਨ। ਅੱਜ ਤੋਂ 2 ਸਾਲ ਪਹਿਲਾਂ ਇਹ ਉਪਰਾਲਾ ਕੀਤਾ ਗਿਆ ਸੀ। ਭਾਈ ਮਹਿੰਦਰ ਸਿੰਘ ਜੀ ਨੇ ਉੱਥੇ ਸਟੇਜ ਪੇਸ਼ ਕੀਤੀ, ਇਹਦੇ ਨਾਲ ਦੇ ਹੋਰ ਸੰਗੀ ਸਾਥੀਆਂ ਨੇ ਰਲ ਕੇ ਕੀਰਤਨ ਕੀਤਾ ਅਤੇ ਬਹੁਤ ਸਾਰੇ ਬੱਚੇ ਜੋ ਦੇਸ਼ਾਂ ਵਿਦੇਸ਼ਾਂ ਵਿੱਚ ਗਏ ਨੇ ਉਹ ਫਿਰ ਵਾਪਸ ਆ ਗਏ ਨੇ
ਉਹ ਪ੍ਰੋਗਰਾਮ ਕਰਨ ਦੇ ਲਈ ਅਤੇ 11 ਮਾਰਚ ਨੂੰ ਉਹ ਪ੍ਰੋਗਰਾਮ ਰੱਖਿਆ ਹੈ ਭਾਈ ਮੋਹਿੰਦਰ ਸਿੰਘ ਜੀ ਨੂੰ ਆਸ਼ੀਰਵਾਦ ਦੇਣ ਦੇ ਲਈ ਅਤੇ ਬਾਕੀਆਂ ਨੂੰ ਵੀ ਜੋ ਇਹਦੇ ਸੰਗੀ ਸਾਥੀ ਨੇ ਉਹਨਾਂ ਨੇ ਵੀ ਸਿੱਧਣ ਦੇ ਲਈ ਤੁਸੀਂ ਉੱਥੇ ਪਹੁੰਚੋ। ਇਹ ਮੇਰੀ ਅਰਜ਼ ਹੈ ਅਤੇ ਮੈਂ ਸਮੂਹ ਸਾਧ ਸੰਗਤ ਦਾ, ਪ੍ਰਬੰਧਕਾਂ ਦਾ ਔਰ ਗੁਣੀ ਜਨ ਅਤੇ ਰਾਗੀ ਸਿੰਘ ਸਾਰਿਆਂ ਦਾ ਦਿਲੋਂ ਧੰਨਵਾਦ। ਪਿਆਰ ਨਾਲ ਫਤਿਹ ਗਜਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਆਓ ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਬਦ ਪੜ੍ਹਨ ਤੋਂ ਪਹਿਲਾਂ ਇਹ ਜਿਹੜਾ ਮਹਾਨ ਉਪਰਾਲਾ ਸਾਕੇਤ ਗੁਰਦੁਆਰੇ ਵਿਖੇ ਹੋਇਆ ਹੈ, ਇਹ ਮੇਰਾ ਉਪਰਾਲਾ ਜਾਂ ਮੇਰਾ ਕੁਛ ਵੀ ਨਹੀਂ ਹੈਗਾ, ਇਹ ਆਪ ਸਭ ਨੂੰ ਸੰਗਤਾਂ ਦਾ। ਕਿਉਂਕਿ ਇੱਦਾਂ ਦਾ ਉਪਰਾਲਾ ਕਰਨ ਵਾਸਤੇ ਬਹੁਤ ਮਿਹਨਤ ਅਤੇ ਬੜਾ ਕੁਛ ਕਰਨਾ ਪੈਂਦਾ ਹੈ, ਪਰ ਮੈਨੂੰ ਲੱਗਿਆ ਹੀ ਨਹੀਂ ਕਿ ਵੀ ਇੰਨਾ ਵੱਡਾ ਪ੍ਰੋਗਰਾਮ ਕਿੱਦਾਂ ਹੋ ਗਿਆ, ਨਾ ਮੇਰੀ ਔਕਾਤ ਸੀ। ਅਤੇ ਪਰ ਇਹ ਸਾਰਾ ਉਪਰਾਲਾ ਇੱਥੋਂ ਦੀ ਸੰਗਤ, ਸਕੇਤ, ਮਾਲਵੀ ਨਗਰ, ਸੈਨਿਕ ਫਾਰਮ, ਪਰਿਆਵਰਨ, ਸਹਿਤ ਲਜਾਬ ਔਰ ਸਮੂਹ ਮੈਨੇਜਮੈਂਟ ਵੱਲੋਂ ਸਾਰਾ ਪ੍ਰੋਗਰਾਮ ਹੋਇਆ ਹੈ, ਜਿਸ ਦੇ ਵਿੱਚ ਪੰਥ ਦੇ ਮਹਾਨ ਕੀਰਤਨੀਏ ਅਤੇ ਮਹਾਨ ਸ਼ਖਸੀਅਤਾਂ ਜੋ ਕਿ ਆਪ ਜੀ ਨੇ ਸਾਰਿਆਂ ਦੇ ਦਰਸ਼ਨ ਕੀਤੇ ਸੀਗੇ। ਮੈਂ ਸ਼ਾਇਦ ਕੀਰਤਨ ਨਹੀਂ ਹੋ ਪਾਏਗਾ ਕਿਉਂਕਿ ਜਿਨ੍ਹਾਂ ਨੂੰ ਬਚਪਨ ਤੋਂ ਸੁਣਦੇ ਆਉਂਦੇ ਹਾਂ ਅਤੇ ਉਹ ਮੇਰੇ ਨਾਲ ਬੈਠੇ ਹਨ, ਪਦਮ ਸ਼੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ, ਜਿਨ੍ਹਾਂ 'ਤੇ ਸਤਿਗੁਰ ਸੱਚੇ ਪਾਤਸ਼ਾਹ ਦੀ ਅਪਾਰ ਰਹਿਮਤ ਅਤੇ ਬਖਸ਼ਿਸ਼ ਹੈ, ਪਰ ਉਹ ਬੱਚੇ ਦੀ ਤਰ੍ਹਾਂ ਪਿਆਰ ਕਰਦੇ ਹਨ। ਉਸ ਤੋਂ ਬਾਅਦ ਮੇਰੇ ਵੀਰ ਜੋ ਕਿ ਆਪ ਚੰਗੀ ਤਰੀਕੇ ਨਾਲ ਜਾਣਦੇ ਹੋ, ਭਾਈ ਸਾਹਿਬ ਭਾਈ ਜਸਕਤ ਸਿੰਘ ਜੀ ਪਟਿਆਲੇ ਵਾਲੇ, ਉਹ ਵੀ ਬੜਾ ਪਿਆਰ ਕਰਦੇ ਹਨ। ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਜੰਮੂ ਵਾਲੇ, ਉਹ ਵੀ ਬੜੇ ਅੱਛੇ ਮੇਰੇ ਦੋਸਤ ਹਨ ਸਾਰਿਆਂ ਦੇ। ਬਾਬਾ ਅਮਰਿਕ ਸਿੰਘ ਜੀ ਕਾਰ ਸੇਵਾ ਵਾਲੇ, ਪ੍ਰਿੰਸੀਪਲ ਗਿਆਨੀ ਨਰਿੰਦਰ ਸਿੰਘ ਜੀ, ਗਿਆਨੀ ਰਣਜੀਤ ਸਿੰਘ ਜੀ, ਜਿੰਨੇ ਵੀ ਆਪ ਸਮੂਹ ਸਤ ਸੰਗਤ ਇੱਥੇ ਆਈ ਹੈ, ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਮੈਂ ਕਰਦਾ ਹਾਂ। ਔਰ ਮੈਂ ਆਪ ਜੀ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਦਾ ਹਾਂ, ਇਸ ਸ਼ਬਦ ਦਾ, ਇਸ ਸੀਡੀ ਦਾ ਜਿਹੜਾ ਸ਼ਬਦ ਹੈ, ਕਰ ਕਿਰਪਾ ਪਰਮਦੀਨ ਦਿਆਲਾ, ਕਿਉਂਕਿ ਕੀਰਤਨ ਸ਼ਾਇਦ ਨਾ ਹੋ ਪਾਏ, 4-5 ਦਿਨਾਂ ਤੋਂ ਬੜੀ ਭੱਜ ਦੌੜ, ਰਾਤੀ ਕਾਫੀ ਲੇਟ ਸੋਣਾ, ਦਿਨੇ ਵੀ ਨਹੀਂ ਆਰਾਮ ਕਰਨਾ, ਅਤੇ ਆਪ ਸਮੂਹ ਸੰਗਤਾਂ ਨੇ ਮੇਰਾ ਸਾਥ ਦੇਣਾ ਹੈ ਅਤੇ ਜਿਹੜੇ ਵੀ ਕੀਰਤਨੀਏ ਇੱਥੇ ਬੈਠੇ ਹਨ ਸਾਰਿਆਂ ਨੂੰ ਅਰਦਾਸ ਹੈ, ਸਾਰਿਆਂ ਨੂੰ ਬੇਨਤੀ ਹੈ ਕਿ ਸਾਰਿਆਂ ਨੇ ਇਸ ਸ਼ਬਦ ਦਾ ਗਾਇਨ ਕਰਨਾ ਹੈ ਜੀ। ਵਾਹਿ ਗੁਰੂ ਵਾਹਿ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਕਰ ਕਿਰਪਾ ਪ੍ਰਭੂ ਦੀਨ ਦਇਆਲ
कर कृपा प्रभु दीन दया सर्ज पो कर कृपा प्रभु दीन दया तेरी ओट पूरन गोपाला तेरी कर कृपा प्रभु दीन दया कर कृपा प्रभु दीन दया जल थल महल पर पूरे निकट बसे नाही प्रभु दूरे प्रभु दूरे जल थल महल पर पूरे निकट बसे नाही प्रभु दूरे निकट बसे नाही प्रभु जिसनो नदर
ਕਰਕੇ ਗੁਣ ਕਰ ਕਿਰਪਾ।